ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਹੈ, ਮੈਂ ਸਰਹੰਦ ਦਾ ਰਹਿਣ ਵਾਲਾ ਹਾਂ। ਮੇਰੇ ਪਿਤਾ ਜੀ ਦਾ ਨਾਮ ਰਜਿੰਦਰ ਸਿੰਘ ਹੈ, ਜਿਨ੍ਹਾਂ ਨੂੰ ਬਾਵਾ ਸਿਰ ਦੀ ਪ੍ਰੋਬਲਮ ਕਾਫੀ ਦੇਰ ਤੋਂ ਚੱਲ ਰਹੀ ਸੀ ਅਤੇ ਇੱਥੇ ਸਰਹੰਦ ਵਿੱਚ BGM ਕੈਂਪ ਲੱਗਿਆ ਸੀ, ਜਿਹਦੇ ਵਿੱਚ ਪਿਤਾ ਜੀ ਨੇ ਆਪਣਾ ਚੈੱਕਅਪ ਕਰਵਾਇਆ। ਇਸ ਦੌਰਾਨ ਉਹਨਾਂ ਨੂੰ ਓਪਰੇਸ਼ਨ ਦੀ ਡੇਟ ਦਿੱਤੀ ਗਈ ਸੀ ਰਾਣਾ ਹੋਸਪਿਟਲ ਵਿੱਚ। ਅੱਜ ਉਹਨਾਂ ਦਾ ਓਪਰੇਸ਼ਨ ਕੀਤਾ ਗਿਆ ਅਤੇ ਉਹ ਬਿਲਕੁਲ ਸਹੀ ਤਰੀਕੇ ਨਾਲ ਹੋ ਗਿਆ ਹੈ ਅਤੇ ਉਹਨਾਂ ਨੂੰ ਹੋਸਪਿਟਲ ਵੱਲੋਂ ਛੁੱਟੀ ਦੇ ਦਿੱਤੀ ਗਈ ਹੈ। ਅਤੇ ਮੈਂ ਇਸ ਦੌਰਾਨ ਆਪਣੇ ਪਿਤਾ ਜੀ ਵੱਲੋਂ ਅਤੇ ਆਪਣੇ ਵੱਲੋਂ ਰਾਣਾ ਹੋਸਪਿਟਲ ਦਾ ਅਤੇ BGM ਕੈਂਪ ਦਾ ਧੰਨਵਾਦ ਕਰਦਾ। ਮੇਰਾ ਨਾਮ ਤਰਨਜੀਤ ਕੌਰ ਹੈ, ਮੈਂ ਬੰਬੇ ਮਾਜਰੇ ਦੀ ਰਹਿਣ ਵਾਲੀ ਹਾਂ। ਮੇਰੀ ਸਿਸਟਰ ਨੂੰ ਬਵਾਸੀਰ ਦੀ ਪ੍ਰੋਬਲਮ ਸੀ, ਉਹਦਾ ਨਾਮ ਪਰਮਜੀਤ ਕੌਰ ਹੈ ਜੀ। ਸਾਨੂੰ ਪਤਾ ਲੱਗਿਆ ਸਰਹੰਦ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਔਰ ਸਾਨੂੰ ਕਿਸੇ ਨੇ ਦੱਸਿਆ ਸੀ, ਉੱਥੇ ਆਏ ਕੈਂਪ ਵਿੱਚ, ਡਾਕਟਰ ਸਾਹਿਬ ਨੇ ਓਪਰੇਸ਼ਨ ਲਿਖਤਾ, ਉੱਥੋਂ ਉਹਨਾਂ ਨੇ ਰਾਣਾ ਹੋਸਪਿਟਲ ਵਿੱਚ ਓਪਰੇਸ਼ਨ ਵਾਸਤੇ ਭੇਜ ਦਿੱਤਾ। ਇੱਥੇ ਮੇਰੀ ਸਿਸਟਰ ਦਾ ਓਪਰੇਸ਼ਨ ਬਿਲਕੁਲ ਫ੍ਰੀ ਔਰ ਬਿਲਕੁਲ ਠੀਕ ਠਾਕ ਹੋਇਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਮਨਜੀਤ ਕੌਰ ਹੈ, ਮੈਂ ਪਿੰਡ ਬਹਿਲੌਰਪੁਰ ਦੀ ਰਹਿਣ ਵਾਲੀ ਹਾਂ। ਮੈਨੂੰ 18-19 ਸਾਲ ਤੋਂ ਬਾਵਾ ਸਿਰ ਦੀ ਪ੍ਰੋਬਲਮ, ਮੈਨੂੰ ਪਤਾ ਲੱਗਿਆ ਕਿ ਸਰਹੰਦ ਸ਼ਹਿਰ ਵਿੱਚ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ। ਮੈਂ ਚੈੱਕ ਕਰਾਉਣ ਵਾਸਤੇ ਗਈ, ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਵਿੱਚ ਭੇਜ ਦਿੱਤਾ। ਇੱਥੇ ਮੇਰਾ ਆਪਰੇਸ਼ਨ ਫ੍ਰੀ ਅਤੇ ਠੀਕ ਠਾਕ ਹੋ ਗਿਆ। ਹੁਣ ਮੈਂ ਠੀਕ ਹੋ ਕੇ ਘਰ ਜਾ ਰਹੀ ਹਾਂ। ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਦਾ ਅਤੇ ਕੈਂਪ ਦਾ। ਮੈਂ ਬਿਹਾਰ ਕਾ ਰਹਿਣੇ ਵਾਲਾ ਹੂੰ, ਮੇਰਾ ਨਾਮ ਮਨਸੂਰ ਹੈ, ਮੇਰੀ ਬੀਵੀ ਕਾ ਨਾਮ ਜਨੱਪਾ ਖਾਤੂਨ ਹੈ। ਮੈਂ ਯਹਾਂ ਪੇ ਦਿਖਾਇਆ ਹੂੰ ਸਰਹੰਦ ਮੇਂ, ਸਰਹੰਦ ਮੇਂ ਕੈਂਪ ਲਗਾ ਥਾ, ਫਿਰ ਆਪਣੀ ਪਤਨੀ ਕੋ ਦਿਖਾਇਆ, ਫਿਰ ਉਹਨਾਂ ਨੇ ਰਾਣਾ ਹਸਪਤਾਲ ਭੇਜਾ, ਫਿਰ ਰਾਣਾ ਹਸਪਤਾਲ ਹਮ ਗਏ, ਵਹਾਂ ਪੇ ਆਪਰੇਸ਼ਨ ਹੁਆ। ਮੇਰਾ ਯਹਾਂ ਪੇ ਫੈਮਿਲੀ ਬਿਲਕੁਲ ਠੀਕ ਠਾਕ ਹੈ। ਮੈਂ ਰਾਣਾ ਹੋਸਪਿਟਲ ਕੋ ਔਰ ਕੈਂਪ ਕੋ ਸ਼ੁਕਰੀਆ ਅਦਾ ਕਰਤਾ ਹੂੰ, ਧੰਨਵਾਦ ਕਰਤਾ। ਮੇਰਾ ਨਾਮ ਸੁਮਨਦੀਪ ਕੌਰ ਹੈ, ਮੈਂ ਬਤੌਸ਼ੀ ਕਲਾਂ ਦੀ ਰਹਿਣ ਵਾਲੀ ਹਾਂ। ਮੈਨੂੰ 4 ਸਾਲਾਂ ਤੋਂ ਬਾਵਾ ਸਿਰ ਦੀ ਬਹੁਤ ਜ਼ਿਆਦਾ ਦਿੱਕਤ ਸੀ। ਮੈਨੂੰ ਪਤਾ ਲੱਗਿਆ ਸਰਹੰਦ ਦੇ ਵਿੱਚ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਕੈਂਪ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ, ਤਾਂ ਮੈਂ ਉਹ ਕੈਂਪ ਵਿੱਚ ਗਈ। ਮੈਨੂੰ ਉਹਨਾਂ ਨੇ ਚੈੱਕਅਪ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਓਪਰੇਸ਼ਨ ਦੀ 1 ਤਰੀਕ ਦਿੱਤੀ। ਅੱਜ ਮੇਰਾ ਓਪਰੇਸ਼ਨ ਹੋਇਆ, ਮੈਂ ਬਿਲਕੁਲ ਠੀਕ ਠਾਕ ਹਾਂ। ਮੈਨੂੰ ਬਹੁਤ ਵਧੀਆ ਲੱਗਿਆ ਰਾਣਾ ਹੋਸਪਿਟਲ ਦੇ ਵਿੱਚ ਆ ਕੇ, ਮੈਂ ਬਿਲਕੁਲ ਠੀਕ ਠਾਕ ਹੋ ਕੇ ਆਪਣੇ ਘਰ ਜਾ ਰਹੀ ਹਾਂ। ਮੈਂ ਬਹੁਤ ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਦਾ। ਮੇਰਾ ਨਾਮ ਮਨਜੀਤ ਕੌਰ ਹੈ ਜੀ, ਮੈਂ ਨਲੀਨੀ ਦੀ ਰਹਿਣ ਵਾਲੀ ਹਾਂ ਜੀ। ਮੈਨੂੰ 3 ਮਹੀਨੇ ਤੋਂ ਬਹੁਤ ਪ੍ਰੋਬਲਮ ਸੀ ਬਾਬਾ ਸਿਰ ਦੀ। ਪਤਾ ਲੱਗਿਆ ਜੀ ਵੀ ਐਤਵਾਰ ਨੂੰ ਕੈਂਪ ਲੱਗਿਆ ਤਾ ਜੀ ਫ੍ਰੀ ਜੀ ਬਾਬਾ ਸਿਰ ਦਾ। ਮੈਂ ਜੀ ਕੈਂਪ ਦੇ ਵਿੱਚ ਗਈ, ਉੱਥੇ ਮੈਂ ਆਪਣਾ ਫ੍ਰੀ ਚੈੱਕਅਪ ਕਰਾਇਆ ਜੀ। ਉਹ ਤੋਂ ਬਾਅਦ ਜੀ ਮੈਨੂੰ ਰਾਣਾ ਹੋਸਪਿਟਲ 'ਚ ਭੇਜ ਦਿੱਤਾ ਜੀ ਉਹਨਾਂ ਨੇ। ਰਾਣਾ ਹੋਸਪਿਟਲ 'ਚ ਮੇਰਾ ਓਪਰੇਸ਼ਨ ਹੋ ਗਿਆ ਜੀ ਵਧੀਆ ਫ੍ਰੀ, ਅਤੇ ਮੈਂ ਹੁਣ ਘਰ ਚੱਲੀ ਜੀ। ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਜੀ ਰਾਣਾ ਹੋਸਪਿਟਲ ਦਾ ਜੀ, ਇਹਨਾਂ ਨੇ ਮੇਰੀ ਬਹੁਤ ਵਧੀਆ ਦੇਖਭਾਲ ਕਰੀ। ਮੈਂ ਆਸ਼ਾ ਦੇਵੀ ਆਪਣਾ ਪਟਿਆਲੇ ਦੇ ਲਵੇ ਨਾਭੇ ਤੋਂ। ਮੈਨੂੰ ਕਾਫੀ ਦੇਰ ਤੋਂ ਬਾਬਾ ਸਿਰ ਦੀ ਦਿੱਕਤ ਸੀਗੀ। ਮੈਨੂੰ ਪਤਾ ਲੱਗਾ ਵਿਸ਼ਨ ਸ਼ਹਿਰ ਦੇ ਵੱਲੋਂ ਕੈਂਪ ਲਗਾਇਆ ਜਾ ਰਿਹਾ ਸਰਹੰਦ ਦੇ ਵਿੱਚ, ਉੱਥੇ ਮੇਰਾ ਫ੍ਰੀ ਬਾਬਾ ਸਿਰ ਦਾ ਚੈੱਕਅਪ ਹੋਇਆ। ਚੈੱਕਅਪ ਤੋਂ ਬਾਅਦ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਓਪਰੇਸ਼ਨ ਦੇ ਵਾਸਤੇ ਭੇਜ ਦਿੱਤਾ। ਬਿਲਕੁਲ ਸਹੀ ਹੋ ਗਿਆ, ਠੀਕ ਠਾਕ ਹੋ ਗਿਆ, ਮੈਂ ਸਹੀ ਸਲਾਮਤ ਘਰ ਜਾ ਰਹੀ। ਮੈਂ ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਦਾ ਫ੍ਰੀ ਕੈਂਪ ਲਗਾਉਣ ਦਾ।